ਆਈਏ ਵੀ ਇੰਨੀ ਦਾ ਕੂਲਰ ਚੱਕ ਲਿਆ, ਉਹ 5000 'ਚ ਕੱਟ ਲਿਆ, ਰੱਦੀ ਆਹ ਲਿਆ ਉਹ 5000 'ਚ ਕੱਟ ਲਿਆ, ਵੀ ਕੱਲ੍ਹ ਨੂੰ ਲੋਕ ਬਾਈ 6 ਮਹੀਨੇ ਨੂੰ ਸਾਲ ਨੂੰ ਦੇਖੀ ਗਾਲਾਂ ਪੈਂਦੀਆਂ ਹਨਾ। ਫਿਰ ਉੱਥੇ ਅਗਲਾ ਕਹੂ ਯਾਰ ਇਹੋ ਜਿਹੇ ਦੇ ਫਰੀਡਮ ਫਾਈਟਰ, ਇਹੋ ਜਿਹੇ ਦੇ ਪੋਤੇ ਉਹਨਾਂ ਦੇ, ਇਹ ਕਹਿੰਦੇ ਵੀ ਅਸੀਂ ਨਾਂ ਨਹੀਂ ਖਰਾਬ ਕਰਨਾ, ਘੱਟ ਖਾ ਲਾਂਗੇ, ਕੋਈ ਗੱਲ ਨਹੀਂ। ਉਹ ਬੰਦੇ ਹੋਰ ਹੀ ਨੇ ਜਿਹਨਾਂ ਨੂੰ ਬਾਅਦ 'ਚ ਅਗਲਾ ਕਹੂਗਾ ਵੀ ਯਾਰ ਆਹ ਕੀ ਚੀਜ਼ਾਂ ਮਿਲ ਗਈਆਂ ਹਨਾ। ਉਹ ਬਾਈ ਤੁਹਾਡੇ ਹਿਸਾਬ ਨਾਲ ਵੀ ਉਹ ਸਹੀ ਹੋ ਰਿਹਾ ਗਾਹਕਾਂ ਨਾਲ ਜਾਂ ਨਹੀਂ? ਉਹ ਗਲਤ ਹੋ ਰਿਹਾ ਜੀ। ਉਹ ਉਹਨਾਂ ਦੀ ਐਂ ਮੰਨੋ ਵੀ ਜਿਹੜੀ ਉਹਨਾਂ ਦੀ 5000 ਦੀ ਮਸ਼ੀਨ ਉਹ ਪੁਰਾਣੀ ਦਾ ਕੱਟੀ ਵੀ ਗਈ, ਜਿਹੜੀ ਨਵੀਂ ਮਸ਼ੀਨ ਉਹ ਲੈ ਕੇ ਜਾਣਗੇ ਉਹਨਾਂ ਦੀ 1000 ਦੀ ਵੀ ਨਹੀਂ ਕੱਟੀ ਜਾਣੀ ਉਹ। ਅੱਛਾ, 1000 ਦੀ ਵੀ ਨਹੀਂ ਕੱਟੀ ਜਾਣੀ? ਉਹ ਸਾਰੀ ਡੁਪਲੀਕੇਟ ਦੇਸੀ ਦੇਸੀ ਮਾਲ ਹੈ, ਮਾਲ ਹੈ ਜੀ। ਉਸ ਜਸਟ ਪੈਸੇ ਵਾਸਤੇ ਕੰਮ ਹੋ ਰਿਹਾ, ਲੋਕਾਂ ਨਾਲ ਖਿਲਵਾੜ ਹੋ ਰਿਹਾ। ਉਹਦੇ ਵਿੱਚ ਮੈਂ ਇੱਕ ਗੱਲ ਦੇਖੀ ਵੀ ਫਸਦਾ ਵੀ ਆਪਣੇ ਪਿੰਡਾਂ ਵਾਲਾ ਗਾਹਕ ਹੈ, ਪਿੰਡਾਂ ਦਾ ਭੋਲਾ ਗਾਹਕ ਹੈ, ਜ਼ਿਮੀਦਾਰ ਗਾਹਕ ਹੈ, ਜਿਹਨੂੰ ਇਹ ਚੀਜ਼ ਬਾਰੇ ਪਤਾ ਨਹੀਂ, ਪੜਿਆ ਲਿਖਿਆ ਬੰਦਾ ਨਹੀਂ, ਉੱਥੇ ਫਸਦਾ ਹੈ। ਇਹਨਾਂ ਦੀ ਕੀ ਖਾਸੀਅਤ ਆ ਬਾਈ? ਇਹ ਵੀਰੇ ਆਪਣੇ ਆਪ ਧੋਂਦੀ ਹੈ, ਆਪਣੇ ਆਪ ਸੁਕਾਉਂਦੀ ਹੈ, ਇਹਦੇ ਵਿੱਚ ਹੀ ਹੀਟਰ ਹੈ, ਪਾਣੀ ਗਰਮ ਵੀ ਵਿੱਚ ਹੀ ਹੋ ਜਾਊਗਾ। ਠੀਕ ਹੈ, ਐ ਜੇ ਸੈਮੀ ਵੀ ਧੋ ਸਕਦੇ ਹਾਂ, ਐ ਜੇ ਫੁੱਲੀ ਵੀ ਧੋ ਸਕਦੇ ਹਾਂ। ਨਹੀਂ ਕਿਸੇ ਪੀਰ ਭੈਣ ਦਾ ਮੰਨ ਲਓ ਸਰੀਰ ਸੈੱਟ, ਬਾਡੀ ਸੈੱਟ ਜਾਂ ਨੌਕਰੀ ਪੇਸ਼ੇ ਵਾਲੇ ਆ, ਉਹਦੇ 'ਚ ਕੱਪੜੇ ਪਾਓ, ਧੋ ਕੇ ਸੁਕਾ ਕੇ ਨੇ ਆਪਣੇ ਆਪ ਕੱਢਦੇ ਨੇ ਹੈਗੇ, ਆਪਣੇ ਆਪ ਕੱਢਦੇ ਨੇ। ਹਾਂਜੀ ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁੱਖੀ ਸ਼ੇਰਗਿੱਲ, ਪਿੰਡ ਹਰੀਗੜ੍ਹ, ਜ਼ਿਲ੍ਹਾ ਬਰਨਾਲਾ। ਭਰਾਵੋ, ਅੱਜ ਇੱਕ ਆਜ਼ਾਦੀ ਘੁਲਾਟੀਆਂ ਦੀ ਦੁਕਾਨ 'ਤੇ ਆਏ ਵਿਆਂਗੇ, ਜਿਹੜਾ ਕਿ ਆਜ਼ਾਦੀ ਘੁਲਾਟੀਏ ਸੀਗੇ ਸੇਠ ਜੀ। ਉਹਨਾਂ ਨੇ ਗਿਆਨੀ ਜੈਲ ਸਿੰਘ ਜੀ ਦੇ ਨਾਲ ਜੇਲ੍ਹਾਂ ਕੱਟੀਆਂ ਹੋਈਆਂ ਨੇ ਆਪਦੇ ਦੇਸ਼ ਵਾਸਤੇ, ਆਪਦੇ ਲੋਕਾਂ ਵਾਸਤੇ। ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪੋਤਰੇ ਕਰਨ ਵੱਲੋਂ ਇਹ ਸ਼ੋਰੂਮ TVS ਦਾ, ਅਤੇ ਇੱਧਰਲੇ ਪਾਸੇ ਸੈਮਸੰਗ ਦਾ ਅਤੇ ਹੋਰ ਸਾਰੀਆਂ ਕੰਪਨੀਆਂ ਦੇ ਜਿਹੜੇ LED ਵਗੈਰਾ, ਫਰਿੱਜਾਂ ਵਗੈਰਾ, ਅਤੇ ਇਹ ਸਭ ਕੁਛ ਮਿਲਦਾ, ਅਤੇ ਆਹ ਸਕੂਟਰੀਆਂ ਵਗੈਰਾ ਸਾਰਾ ਕੁਛ ਉਹਨੂੰ ਇੱਥੇ ਮਿਲੂਗਾ। ਅਤੇ ਆ ਜਾਓ, ਆਪਾਂ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਕਰਵਾਉਣੇ ਆਗੇ। ਹੁਣ ਜਿਉਂ ਹੀ ਆਪਾਂ ਸ਼ੋਰੂਮ ਦੇ ਵਿੱਚ ਐਂਟਰ ਹੁੰਦੇ ਹਾਂ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਬਾਈ ਆਜ਼ਾਦੀ ਘੁਲਾਟੀਆਂ ਦਾ ਪਰਿਵਾਰ ਆ ਹਨਾ। ਕਰਨ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਠੀਕ ਹੋ ਬਾਈ? ਚੜ੍ਹਦੀ ਕਲਾ ਜੀ, ਬਹੁਤ ਵਧੀਆ ਵੀਰੇ, ਬਹੁਤ ਤੇ ਆ ਜਾਓ ਬਾਈ ਜੀ, ਪਹਿਲਾਂ ਆਪਾਂ ਇੱਕ ਵਾਰੀ ਦਰਸ਼ਨ ਕਰਵਾ ਦਈਏ ਕਿ ਫਰੀਡਮ ਫਾਈਟਰ ਕੀ ਨਾਂ ਲਿਖਿਆ ਹੋਇਆ ਬਾਈ ਜੀ, ਪੂਰਾ ਬੋਲ ਕੇ ਦੱਸੋ। ਰਤਨ ਚੰਦ ਮੱਕੜਾ ਵੀਰੇ। ਰਤਨ ਚੰਦ ਮੱਕੜਾ, ਠੀਕ ਆ। ਅਤੇ ਇੱਧਰ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਵਿਦਿਆਵਤੀ, ਵਿਦਿਆਵਤੀ ਜੀ ਬਾਈ ਜੀ, ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਸ਼ੋਰੂਮ ਹੈਗਾ ਉਹ ਬਣਿਆ ਪਿਆ। ਅਤੇ ਇੱਧਰ ਉਹਨਾਂ ਦਾ ਬਾਈ ਕਰਨ ਪੋਤਰਾ ਖੜਾ ਗਾ। ਕਰਨ ਬਾਈ, ਪਹਿਲਾਂ ਤਾਂ ਤੁਹਾਡੀ ਸੋਚ ਨੂੰ ਸਲਾਮ ਆ ਹੈ ਨਾ, ਜਿਹੜਾ ਤੁਸੀਂ ਫਰੀਡਮ ਫਾਈਟਰ ਆਪਣੇ ਦਾਦਾ ਜੀ ਦੀ ਯਾਦ ਦੇ ਵਿੱਚ ਇਹ ਸਾਰਾ ਸ਼ੋਰੂਮ ਉਹ ਕਰਿਆ। ਅਤੇ ਬਾਈ ਇੱਥੇ ਆਪਣੇ ਕੋਲ ਜੇ ਗੱਲ ਕਰੀਏ ਕੀ ਸਮਾਨ ਮਿਲਦਾ, ਜਿਵੇਂ ਉੱਧਰਲੇ ਪਾਸੇ ਆ ਗਿਆ TVS ਦਾ ਸ਼ੋਰੂਮ, ਹਾਂਜੀ ਬਾਈ ਜੀ, ਅਤੇ ਇੱਧਰਲੇ ਪਾਸੇ ਇਹ ਕਿਹੜੀਆਂ ਕਿਹੜੀਆਂ ਕੰਪਨੀਆਂ ਦਾ ਮਟੀਰੀਅਲ ਆਪਣੇ ਕੋਲੋਂ ਮਿਲ ਜਾਂਦਾ? ਆਪਣੇ ਕੋਲ ਸੈਮਸੰਗ, LG, ਵਰਲਪੂਲ, ਗੋਦਰੇਜ, ਟੋਟਲੀ ਆਪਣੇ ਕੋਲ ਕੰਪਨੀ ਦਾ ਸਮਾਨ ਮਿਲੂਗਾ। ਠੀਕ ਹੈ, ਨਹੀਂ ਆਪਾਂ ਦੇਖਦੇ ਹਾਂ ਬਾਜ਼ਾਰ 'ਚ ਬਿਨਾਂ ਕੰਪਨੀ ਤੋਂ ਸਮਾਨ ਵੇਚੀ ਜਾਂਦੇ ਨੇ, ਕੰਪਨੀ ਦੇ ਰੇਟ 'ਤੇ ਵੇਚੀ ਜਾਂਦੇ ਨੇ। ਠੀਕ ਹੈ, ਸਾਡੇ ਕੋਲ ਟੋਟਲੀ ਸਮਾਨ ਸੈਮਸੰਗ ਦਾ, LG ਦਾ, ਵਰਲਪੂਲ ਦਾ, ਗੋਦਰੇਜ ਦਾ। ਸਾਈਲੈਂਟ ਕਰ ਲੈਣ। ਅੱਛਾ, ਵੀ ਸਾਰਾ ਕੰਪਨੀ ਦੇ ਹੀ ਮਿਲੂਗਾ, ਅਤੇ ਇਹਦਾ ਬਿੱਲ ਵਗੈਰਾ ਪੱਕਾ ਕੱਟ ਕੇ ਮਿਲੂਗਾ? ਪੱਕਾ GST ਵਾਲਾ ਪੱਕਾ ਵਿਦ ਬਿੱਲ ਮਿਲੂਗਾ ਵੀਰੇ। ਅੱਛਾ, ਟੋਟਲੀ ਕੰਪਨੀ ਦਾ ਮਾਲ ਮਿਲੂਗਾ। ਅਤੇ ਇੱਕ ਮੈਂ ਜਿਵੇਂ ਤੁਸੀਂ ਗੱਲ ਕਰੀ ਹੈਗੀ ਵੀ ਤੁਹਾਡੇ ਕੋਲ ਕੋਈ ਉਹ ਸਕੀਮ ਚੱਲਦੀ ਹੈ ਵੀ ਕਿਸੇ ਕੋਲ ਕੋਈ ਪੁਰਾਣੀ ਚੀਜ਼ ਪਈ ਹੋਵੇ ਬੰਦਾ 5000 ਦੀ ਕੱਟ ਲੈਂਦਾ ਉਹ ਦੇ ਦਿੰਦੇ ਹੈਗੇ? ਸਾਡੇ ਕੋਲ ਚੱਲਦੀ ਹੈ, ਅਸੀਂ ਜਿਹੜਾ ਵੀ ਕੋਈ ਪੁਰਾਣਾ ਸਮਾਨ ਸਾਡੇ ਕੋਲ ਆਊਗਾ, ਜਿਹੜਾ ਉਹਦੇ ਰੇਟ, ਜਿਹੜਾ ਵੀ ਰੇਟ ਹੋਊ ਪੁਰਾਣੇ ਦਾ, ਪੁਰਾਣੇ ਦੇ ਭਾਅ ਕੱਟਾਂਗੇ, ਜਿਹੜਾ ਨਵੇਂ ਦੇ ਭਾਅ ਨਵਾਂ ਚੀਜ਼ ਹੋਊਗਾ ਕੰਪਨੀ ਦਾ ਮਾਲ ਉਸੇ ਰੇਟ ਦੇਵਾਂਗੇ। ਨਹੀਂ ਉਹ ਤਾਂ ਕਹਿੰਦੇ ਵੀ ਤੁਸੀਂ ਕੋਈ ਮਰਜ਼ੀ ਕਬਾੜ ਹੋਵੇ, ਖਾਲੀ ਪਿਆ, ਘਰੇ ਖੋਖੇ ਚ ਡਿੱਗਿਆ ਪਿਆ ਗਾ,
ਵੀ ਲਿਆਓ 5000 ਦਾ 5000 ਦਾ ਕੱਢ ਲਾਂਗੇ ਅਸੀਂ। ਉੱਦਾਂ ਵੀਰੇ 5000 ਦਾ ਕੋਈ ਨਹੀਂ ਕੱਟਦੇ। ਅਸੀਂ ਸਿਸਟਮ ਕੀ ਬਣਾਇਆ ਹੋਇਆ ਹੈਗਾ, ਜੇ ਤੁਹਾਡੀ ਮਸ਼ੀਨ ਹੈ ਤੁਸੀਂ ਆਪਦੇ ਕਬਾੜ ਤੋਂ ਰੇਟ ਲਵਾ ਲਓ, ਤੁਹਾਡੀ ਉਹ ਕਬਾੜੀ ਹੈ 600-700 ਤੋਂ ਵੱਧ ਨਹੀਂ ਕੱਢਦਾ, ਅਸੀਂ 1000 ਰੁਪਏ ਦੀ ਮਸ਼ੀਨ ਕੱਟਦੇ ਹਾਂ ਤੁਹਾਡੀ। ਅੱਛਾ, ਉਸ ਤੋਂ ਬਾਅਦ LG ਦੀ, ਸੈਮਸੰਗ ਦੀ, ਕੋਈ ਵੀ ਮਸ਼ੀਨ ਕੰਪਨੀ ਦੀ ਲੈਣੀ ਹੈ ਤੁਸੀਂ ਕੰਪਨੀ ਦਾ ਰੇਟ ਪਤਾ ਕਰ ਲਓ, ਉਹ ਤੋਂ 200-400 ਰੁਪਏ ਅਸੀਂ ਘੱਟ ਰੇਟ ਰੱਖਿਆ ਹੋਇਆ ਹੈ। ਨਹੀਂ ਫਿਰ ਤੁਸੀਂ ਲੋਕਾਂ ਨੂੰ ਇੱਕ ਮੈਂ ਕਹਿਣਾ ਬਾਈ, ਤੁਸੀਂ ਤਾਂ ਠੱਗਣ ਵਾਲਾ ਕੰਮ ਕਰੀ ਜਾਂਦੇ ਹੋ, ਉਹ 5000 ਦੀ ਚੀਜ਼ ਕੱਢਦੇ ਆ, ਉਹ ਕੰਪਨੀ ਦੀ ਨਹੀਂ ਦਿੰਦੇ, ਉਹ ਕੰਪਨੀ ਦੀ ਨਹੀਂ ਦਿੰਦੇ ਵੀਰੇ ਮਸ਼ੀਨ, ਉਹ ਦੇਣਗੇ BPL ਦੀ ਦੇਣਗੇ, ਵੋਲਟਾਜ ਦੀ ਦੇਣਗੇ, ਉਹਨਾਂ ਦੀ ਮਸ਼ੀਨ ਹੀ 8500 ਦੀ ਹੈ ਜਿਹੜੀ ਉਹ 13.5 ਦੀ ਵੇਚੀ ਜਾਂਦੇ ਨੇ। ਨਹੀਂ ਸਾਡੇ ਕੋਲ ਜਿਹੜੀ ਮਸ਼ੀਨ ਹੈ ਉਹ LG ਜਾਂ ਸੈਮਸੰਗ ਕੰਪਨੀ ਦੀ ਹੈ, ਬਾਰ-ਬਾਰ ਜਿਵੇਂ ਤੁਸੀਂ ਕਿਹਾ ਬਾਈ ਵੀ ਉਹ ਤਾਂ ਮਾਰ ਕੇ ਲੱਗੇ ਹੋਏ ਦੇ ਦੇ BPL ਜਾਂ ਜਿਹੜੀਆਂ LED ਜਿਹੜੀਆਂ ਆਪਾਂ ਦੇਖਦੇ ਹਾਂ ਖਣੌਰੀ ਉੱਥੇ ਮਾਰ ਕੇ ਲਾਲਾ ਜਿਹੜੀ ਮਰਜ਼ੀ ਕੰਪਨੀ ਦਾ ਲਵਾ ਲਾ, TV ਵੀ ਤੁਹਾਡਾ 5000 ਦਾ ਕੱਟ ਲੈਣਗੇ, ਪਰ ਅਸੀਂ ਜਿਹੜੀ LED ਹੈ ਤੁਹਾਡੀ ਸਹੀ ਰੇਟ ਦੇਣਾ, ਸਹੀ ਰੇਟ ਕੱਟਣੀ ਹੈ, ਗਲਤ ਕੰਮ ਕੋਈ ਨਹੀਂ ਕਰਨਾ ਜੀ। ਨਹੀਂ ਫਿਰ ਤਾਂ ਜੇ ਆਪਾਂ ਦੇਖੀਏ ਬਾਈ ਉਹ 5000 ਦਾ TV ਕੱਢਦੇ, ਉੱਥੋਂ 3-3, 4-4 ਹਜ਼ਾਰ ਦੀਆਂ ਆਪਾਂ ਨੂੰ LED ਮਿਲ ਜਾਂਦੀਆਂ, ਮਾਰਕਾ ਲੱਗਿਆ ਕਿਸੇ ਵੀ ਕੰਪਨੀ ਦਾ ਲੈ ਲਓ, ਹੈ ਨਾ? ਬਿਲਕੁਲ ਬਿਲਕੁਲ। ਤੇ ਇੱਧਰ ਫਿਰ ਬਾਈ LED ਕਿੰਨੇ ਹੀ ਦਿੰਦੇ ਹੈਗੇ? ਇੱਥੇ ਵੀ ਇਹੀ ਚੱਲੀ ਜਾਂਦਾ ਖਨੋਰੀ ਵਾਲਾ ਸਿਸਟਮ, ਪਰ ਜਿਹੜਾ ਅਸੀਂ ਹੈਗੀ ਅਸੀਂ 6500 ਦੀ 32-ਇੰਚੀ LED ਸਾਡੇ ਕੋਲ ਸਟਾਰਟ ਹੋ ਜੂਗੀ। ਅੱਛਾ, ਉਹਦੇ ਅਗੇਂਸਟ ਤੁਹਾਡਾ ਜਿਹੜਾ TV ਦੀ ਵੈਲਿਊ ਆ 500-1000 ਰੁਪਏ ਉਸੇ ਰੇਟ ਕੱਟਾਂਗੇ। ਠੀਕ ਹੈ, LED ਦਾ ਰੇਟ ਵੀ ਸਹੀ ਦਿਆਂਗੇ, 32-32 ਇੰਚੀ 6500 ਰੁਪਏ ਦੀ, 40 ਇੰਚੀ 10000 ਰੁਪਏ ਦੀ, 43-43 ਇੰਚ 12.5 ਹਜ਼ਾਰ ਰੁਪਏ। ਇਹਨਾਂ ਕੋਲ ਤੁਹਾਨੂੰ ਸਮਾਨ ਦਿਖਾਉਣੇ ਆ, ਜਿਵੇਂ ਆਪਾਂ ਇੱਧਰਲੇ ਪਾਸੋਂ ਸ਼ੁਰੂ ਕਰ ਲਈਏ ਬਾਈ ਜੀ, ਹੈ ਨਾ? ਅਤੇ ਆਹ ਚੀਜ਼ ਆ ਗਈ ਬਾਈ ਮੱਖੀ ਮੱਛਰ ਵਾਸਤੇ, ਉਹਦੇ ਇਹ ਹੀਟਰ ਆ ਗਿਆ, ਹੀਟਰ ਆ ਗਿਆ, ਹੈਵਲ ਦਾ ਹੀਟਰ ਆ ਗਿਆ, ਬੀ ਗਾਰਡ ਦਾ ਇਨਵਰਟਰ ਮੈਟਰ ਆ ਗਿਆ। ਠੀਕ ਹੈ ਜੀ, ਅਤੇ ਇੱਧਰਲੇ ਪਾਸੇ ਬਾਈ ਜੀ ਫਰਿੱਜਾਂ ਆ ਗਈਆਂ, ਸੈਮਸੰਗ ਦੀ ਫਰਿੱਜ ਆ ਗਈ, LG ਦੀ ਫਰਿੱਜ ਆ ਗਈ, ਇਹ ਸਾਰੀਆਂ ਡਬਲ ਵਿੰਡੋ ਆ ਗਈਆਂ। ਆ ਜਾਓ ਕਰਨ ਬਾਈ ਜੀ ਮੇਰੇ ਨਾਲ ਹੀ ਆ ਜਾਓ, ਅਤੇ ਨਾਲ ਹੀ ਇੱਧਰਲੇ ਪਾਸੇ ਬਾਈ ਜੀ ਜਿਵੇਂ ਵਾਸ਼ਿੰਗ ਮਸ਼ੀਨਾਂ ਵਗੈਰਾ ਆ ਗਈਆਂ, ਹੈ ਨਾ? ਠੀਕ ਆ, ਅਤੇ ਇਹਨਾਂ ਦਾ ਬਾਈ ਜਿਵੇਂ ਕੰਪਨੀ ਦਾ ਆਪਾਂ ਕਹਿੰਦੇ ਬਿੱਲ ਵਗੈਰਾ ਕੱਟ ਕੇ ਦਿੰਦੇ ਹਾਂਗੇ, ਤਾਂ ਜਿਵੇਂ ਕੱਲ੍ਹ ਨੂੰ ਕੋਈ ਘਰੇ ਫਿਟਿੰਗ ਵਗੈਰਾ ਕਰਨੀ ਜਾਣਾ ਤਾਂ ਉਹ ਕੰਪਨੀ ਦਾ ਨੁਮਾਇੰਦਾ ਜਾਂਦਾ ਨਾਲ? ਬਿਲਕੁਲ, ਬੰਦਾ ਜਾਊਗਾ ਜੀ। ਠੀਕ ਹੈ, ਟੋਲ ਫ੍ਰੀ ਨੰਬਰ 'ਤੇ ਫੋਨ ਕਰੋ ਜਾਂ ਅਸੀਂ ਬੰਦਾ ਕੰਪਨੀ ਦਾ ਭੇਜਾਂਗੇ। ਠੀਕ ਹੈ, ਵਿਦਆਊਟ ਐਨੀ ਕੋਸਟ ਤੁਹਾਡੀ ਚੀਜ਼ ਸਮਝਾ ਕੇ ਵੀ ਆਊਗਾ, ਢੰਗ ਕੇ ਵੀ ਆਊਗਾ, ਸਾਰਾ ਉੱਪਰ ਸਾਰੀ ਸਰਵਿਸ ਮਿਲੂ ਜਿਹੜੀ ਸਰਵਿਸ ਮਿਲਦੀ ਹੈ, ਜਿੰਨੀ ਕੰਪਨੀ ਦੀ ਗਰੰਟੀ ਆ ਉਹਨਾਂ ਟਾਈਮ ਕੰਪਨੀ ਦਾ ਬੰਦਾ ਘਰੇ ਜਾਊਗਾ। ਠੀਕ ਹੈ, ਅਤੇ ਇੱਧਰਲੇ ਪਾਸੇ LED ਆ ਗਈਆਂ ਆਪਣੇ ਕੋਲ, ਹੈ ਨਾ? ਸੈਮਸੰਗ ਸੈਮਸੰਗ ਦੀ LED ਆ ਗਈ ਜੀ। ਠੀਕ ਹੈ, ਅਤੇ ਇਹਨੂੰ ਬਾਈ ਜਿਵੇਂ ਖਰੀਦਣਾ, ਜਿਵੇਂ ਅੱਜ ਕੱਲ੍ਹ ਕਿਸ਼ਤਾਂ ਵਾਲਾ ਸਕੀਮ ਚੱਲਦੀ ਹੁੰਦੀ ਹੈਗੀ, ਵੀ ਆਪਣੇ ਵੀਰ ਕਿਸ਼ਤਾਂ 'ਤੇ ਲੈ ਸਕਦੇ ਆ, ਜਿਵੇਂ ਆਹ LED ਹੋ ਗਈਆਂ ਜਾਂ ਨਵੇਂ ਤਰੀਕੇ ਵਾਲੀਆਂ ਵਾਸ਼ਿੰਗ ਮਸ਼ੀਨਾਂ ਆਈਆਂ ਨੇ, ਅੱਜ ਕੱਲ੍ਹ ਇਹਨਾਂ ਦਾ ਬੜਾ ਚੱਲਿਆ, ਕਹਿੰਦੇ ਵੀ ਧੋ ਵੀ ਆਪ ਹੀ ਦਿੰਦੀ ਹੈ, ਸੁਕਾ ਵੀ ਆਪ ਹੀ ਦਿੰਦੀ ਹੈ, ਇੱਕ ਵਾਰੀ ਕੱਪੜੇ ਪਾਓ ਸਾਰਾ ਕੁਛ। ਬਿਲਕੁਲ ਜੀ, ਬਿਲਕੁਲ। ਅਤੇ ਉਹ ਜਿਹੜੀ ਬਜਾਜ ਕਾਰਡ ਵਾਲੀ ਸਹੂਲਤ ਆਪਣੇ ਕੋਲ ਹੈਗੀ ਹਰੇਕ ਚੀਜ਼, ਬਜਾਜ ਹੈਗਾ ਜੀ, HDB ਹੈਗਾ, ਪਾਈਨ ਲੈਬ ਦੀ ਮਸ਼ੀਨ ਹੈਗੀ ਜਿਹਦੇ ਰਾਹੀਂ ਕ੍ਰੈਡਿਟ ਕਾਰਡ ਦੀਆਂ 3-6-9-12 ਵਿਦਆਊਟ ਐਨੀ ਇੰਟਰਸਟ ਕਿਸ਼ਤਾਂ ਬਣਾ ਦਿਆਂਗੇ। ਅੱਛਾ, ਉਸ ਤੋਂ ਬਾਅਦ ਬਜਾਜ ਦਾ ਕਾਰਡ ਸਾਡੇ ਕੋਲ ਚੱਲਦਾ, HDB ਦਾ ਕਾਰਡ ਚੱਲਦਾ ਸਾਡੇ। ਠੀਕ ਹੈ, ਠੀਕ ਹੈ ਜੀ, ਉਸ ਸਿਸਟਮ ਨਾਲ ਅਸੀਂ ਕਿਸ਼ਤਾਂ ਬਣਾ ਦਿੰਦੇ ਹਾਂਗੇ, ਬਿਨਾਂ ਵਿਆਜ ਤੋਂ। ਬਿਨਾਂ ਵਿਆਜ ਤੋਂ? ਹਾਂਜੀ ਹਾਂਜੀ। ਠੀਕ ਆ ਬਾਈ, ਅਤੇ ਆ ਜਾਓ ਭਰਾਵੋ ਇੱਧਰਲੇ ਪਾਸੇ ਦਿਖਾਉਣੇ ਆ ਤੁਹਾਨੂੰ, ਜਿਵੇਂ ਆਹ ਫਰਿੱਜਾਂ ਫੇਰ ਆ ਗਈਆਂ, ਅਤੇ ਆਹ ਬਾਈ ਜੀ ਆਪਣੇ ਪਾਣੀ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਆ ਗਈਆਂ। ਹਾਂਜੀ ਹਾਂਜੀ, ਫਿਲਟਰ ਆ ਗਏ, ਯਾਨੀ ਅੰਗਰੇਜ਼ੀ ਦੇ ਵਿੱਚ ਕਹਿ ਦਈਏ ਫਿਲਟਰ ਆ ਗਏ, ਪੰਜਾਬੀ ਦੇ ਵਿੱਚ ਕਹਿ ਦਈਏ ਵੀ ਪਾਣੀ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਆ ਗਈਆਂ। ਅਤੇ ਬਾਈ ਸਮਾਨ ਜਿਵੇਂ ਆਪਣੇ ਕੋਲ ਆਹ ਇੰਨਾ ਕੀ ਸਮਾਨ ਪਿਆ, ਮਤਲਬ ਕਈ ਵਾਰ ਆਪਣੀ ਵੀਡੀਓ ਦੇਖ ਕੇ ਕੋਈ ਵੀਰ ਆ ਜੇ ਵਿਆਹ ਦਾ ਸਮਾਨ ਲੈਣ ਆ ਜੇ, ਹੈ ਨਾ? ਕੋਲੇ ਸਮਾਨ ਤੁਹਾਨੂੰ ਮੈਂ ਦਿਖਾ ਦੇਣਾ ਜੀ। ਅੱਛਾ, ਕੋਈ ਗੱਲ ਨਹੀਂ, ਕੋਈ ਗੱਲ। ਅਤੇ ਆਹ ਬਾਈ ਸਾਰੇ AC ਵਗੈਰਾ ਪਏ ਨੇ, ਜਿਵੇਂ ਅੱਗੇ ਆਹ AC ਆ ਗਏ, ਅਤੇ ਆਹ ਗੀਜ਼ਰ ਵਗੈਰਾ ਆ ਗਏ ਜੀ ਇੱਧਰ ਮਾਨ। ਹਾਂਜੀ ਹਾਂਜੀ ਹਾਂਜੀ, ਆਹ ਗੀਜ਼ਰ ਵੀ ਦਿਖਾ ਦੇ ਬਾਈ, ਇਹ ਖਤਾਨ ਕੰਪਨੀ ਦਾ ਤੇ ਆ ਲੇਜ਼ਰ ਦਾ, ਸਾਰੀ ਕੱਲੀ ਕੱਲੀ ਚੀਜ਼ ਬਿੱਲ ਕੱਟ ਗਿਆ ਬਾਈ? ਬਿੱਲ ਕੱਟ ਗਿਆ ਜੀ। ਠੀਕ ਹੈ,
ਤੇ ਆ ਗਰਮੀਆਂ ਵਾਸਤੇ ਕੂਲਰ ਵਗੈਰਾ ਆ ਗਏ ਬਾਈ, ਜਿਵੇਂ ਵੱਡੇ ਕੂਲਰ ਚਾਹੀਦੇ ਹੈਗੇ। ਅੱਛਾ ਆਹ ਦਿਖਾ ਬਾਈ ਦਿਖਾ, ਇੱਧਰਲੇ ਪਾਸੇ ਭਰਾ ਵਾ ਤਾਂ ਇਹ ਗਡਾਊਨ ਆ ਬਾਈ ਸਾਰਾ, ਇਹਦਾ ਇੰਨਾ ਸਮਾਨ ਪਿਆ ਬਾਈ ਯਾਰ, ਚਾਹੇ ਇੱਕ ਦਿਨ ਚ 50 ਕੁੜੀਆਂ ਦੇ ਵਿਆਹ ਦਾ ਸਮਾਨ ਲੈ ਜਾ। ਬਿਲਕੁਲ ਜੀ ਬਿਲਕੁਲ, ਸਾਰਾ ਪੱਕਾ ਬਿਲਤੀ ਹੈ, ਪੱਕਾ ਬਿੱਧ ਬਿੱਲ ਹੈ ਜੀ, ਕੋਈ ਐਂ ਤਾਂ ਨਹੀਂ ਹੈਗਾ ਵੀ ਜਿਵੇਂ ਉਹ ਰੌਲਾ ਜਿਹਾ ਪਾਈ ਜਾਂਦੇ ਹੁੰਦੇ ਵੀ ਆਹ ਲੈ ਜਾਓ ਆਹ ਲੈ ਜਾਓ। ਸਾਡੇ ਕੋਲੇ ਵੀਰੇ ਐਮਾਜ਼ੋਨ ਦਾ ਮਾਲ ਨਹੀਂ, ਕੋਈ ਸਾਡੇ ਕੋਲੇ ਡੈਂਟ ਵਾਲਾ ਮਾਲ ਨਹੀਂ, ਟੋਟਲੀ ਕੰਪਨੀਆਂ ਦਾ ਮਾਲ ਹੈ, ਟੋਟਲੀ ਬਿੱਧ ਬਿੱਲ ਮਾਲ ਹੈ, ਬਿਲਤੀ ਲੈਂਦੇ ਬਿਲਤੀ ਦਿੰਦੇ ਆ, ਸਾਰਾ ਕੁਛ ਓਕੇ। ਆਹ ਦੇਖ ਲਓ ਬਾਈ ਸਾਰੇ ਡੱਬੇ ਭਰੇ ਪਏ ਨੇ ਬਾਈ, ਸਾਰੀਆਂ ਚੀਜ਼ਾਂ ਜਮ੍ਹਾਂ ਓਕੇ ਹੈ। ਆ ਜਾ ਬਾਈ ਉੱਧਰਲੇ ਪਾਸੇ ਚੱਲੀਏ ਦਿਖਾਈਏ, ਅਤੇ ਤੁਹਾਨੂੰ ਮੈਂ ਲੋਕੇਸ਼ਨ ਇਹਦੀ ਦੁਬਾਰੇ ਫਿਰ ਬੋਲ ਦਿੰਦਾ, ਬਰਨਾਲੇ ਸ਼ਹਿਰ ਦੇ ਵਿੱਚ ਆ, ITI ਚੌਂਕ ਤੋਂ ਲੈ ਕੇ ਜਿਹੜਾ ਬਾਈਪਾਸ ਆ ਉਹਦੇ ਵਿਚਾਲੇ ਗਰਚਾ ਨਰਸਰੀ ਦੇ ਕੋਲੇ ਜੇ ਆ ਜਾਂਦੇ ਨੇ, ਅਤੇ ਇੱਕ ਨਵਾਂ ਠੇਕਾ ਬਣਿਆ ਹੋਇਆ ਬੀਅਰ ਟਾਊਨ ਉਹਦੇ ਕੋਲੇ ਆ ਜਾਂਦੀ ਹੈ ਲੋਕੇਸ਼ਨ, ਇੰਦਰਲੋਕ ਕਲੋਨੀ ਦੇ ਕੋਲੇ ਆ ਜਾਂਦਾ ਹੈਗਾ, ਅਤੇ ਸਭ ਕੁਛ ਆਪਾਂ ਤੁਹਾਨੂੰ ਨੰਬਰ ਵਗੈਰਾ ਬਾਈਆਂ ਦਾ ਦੇਵਾਂਗੇ, ਇਹ 'ਤੇ ਤੁਸੀਂ ਕੰਟੈਕਟ ਕਰਕੇ ਇਹਨਾਂ ਕੋਲ ਪਹੁੰਚ ਸਕਦੇ ਹੋ। ਅਤੇ ਹੋਰ ਬਾਈ ਜੀ ਉੱਪਰ ਵੀ ਆਪਣਾ ਕਿਵੇਂ ਬਣਾਇਆ ਹੋਇਆ ਬਾਈ? ਗਡਾਊਨ ਹੈ ਜੀ ਆਪਣਾ। ਅੱਛਾ ਉੱਪਰ ਵੀ ਗਡਾਊਨ ਬਣਾਇਆ, ਠੀਕ ਆ ਬਾਈ। ਅਤੇ ਹੋਰ ਬਾਈ ਆਪਣੇ ਕਸਟਮਰ ਨੂੰ ਹੋਰ ਸਹੂਲਤ ਕੀ ਆਪਾਂ ਪ੍ਰੋਵਾਈਡ ਕਰ ਦਿਆਂਗੇ, ਜਿਵੇਂ ਇੱਧਰ ਨਾਲ ਆ ਜਾਓ ਭਰਾਵਾ, ਤੁਹਾਨੂੰ ਦਿਖਾ ਦਈਏ ਵੀ ਜੱਗ ਵਗੈਰਾ ਪਏ ਨੇ, ਆਪਣੇ ਮਿਕਸੀ ਜੂਸਰ ਵਗੈਰਾ ਪਏ ਨੇ, ਹੈ ਨਾ, ਸਜਾਤਾ ਕੰਪਨੀ ਦੇ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਅਤੇ ਵੀਰ ਜੂਸ ਵਗੈਰਾ ਬਣਾਉਂਦੇ ਹੁੰਦੇ ਹੈ ਨਾ, ਉਹ ਕਹਿੰਦੇ ਹੁੰਦੇ ਆ, ਕਹਿੰਦੇ ਜਿਹੜੀ ਦੁਕਾਨ ਤੋਂ ਤੁਹਾਨੂੰ ਸਜਾਤਾ ਕੰਪਨੀ ਦਾ ਜੂਸਰ ਮਿਲ ਗਿਆ, ਕਹਿੰਦੇ ਐਂ ਸਮਝ ਲਓ ਵੀ ਉਹ ਦੁਕਾਨ 'ਤੇ ਸਾਰਾ ਕੁਛ ਓਰੀਜਨਲ ਹੈ। ਬਿਲਕੁਲ, ਕਿਉਂ ਬਾਈ ਆਪਾਂ ਇਹ ਲਾ ਲਓ ਵੀ ਸਾਰੇ ਸ਼ਹਿਰ ਦੇ ਵਿੱਚੋਂ ਘੱਟੋ ਘੱਟ ਇੱਕ ਦੋ ਦੁਕਾਨਾਂ ਹੁੰਦੀਆਂ ਨੇ ਜਿਹ 'ਤੇ ਆਪਾਂ ਨੂੰ ਇਹ ਚੀਜ਼ ਮਿਲ ਜਾਂਦੀ ਹੈ। ਬਿਲਕੁਲ ਜੀ, ਅਤੇ ਸਜਾਤਾ ਦਾ ਬਾਈ ਇਹ ਸਾਰਾ ਕੰਮ ਵਿੱਧ ਬਿੱਲ ਹੈ, ਓਰੀਜਨਲ ਵਿੱਧ ਬਿੱਲ ਹੈ ਜੀ, ਠੀਕ ਹੈ। ਹਾਂਜੀ ਹਾਂਜੀ, ਅਤੇ ਆਹ ਆ ਗਈਆਂ ਬਾਈ ਹੋਰਾਂ ਕੋਲ ਬਾਈ ਜੀ ਦੁਬਾਰਾ ਫਿਰ ਵਾਸ਼ਿੰਗ ਵਾਲੀਆਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਠੀਕ ਹੈ। ਅਤੇ ਇਹਨਾਂ ਦੀ ਕੀ ਖਾਸੀਅਤ ਆ ਬਾਈ? ਇਹ ਵੀਰੇ ਆਪਣੇ ਆਪ ਧੋਂਦੀ ਹੈ, ਆਪਣੇ ਆਪ ਸੁਕਾਉਂਦੀ ਹੈ, ਇਹਦੇ ਵਿੱਚ ਹੀ ਹੀਟਰ ਹੈ, ਪਾਣੀ ਗਰਮ ਵੀ ਵਿੱਚ ਹੀ ਹੋ ਜਾਊਗਾ, ਠੀਕ ਹੈ। ਐਜ਼ ਏ ਸੈਮੀ ਵੀ ਧੋ ਸਕਦੇ ਹਾਂ, ਐਜ਼ ਏ ਫੁੱਲੀ ਵੀ ਧੋ ਸਕਦੇ ਹਾਂ, ਨਹੀਂ ਕਿਸੇ ਪੀਰ ਭੈਣ ਦਾ ਮੰਨ ਲਓ ਸਰੀਰ ਸੈੱਟ ਬਾਡੀ ਸੈੱਟ ਜਾਂ ਨੌਕਰੀ ਪੇਸ਼ੇ ਵਾਲੇ ਆ, ਉਹਦੇ 'ਚ ਕੱਪੜੇ ਪਾਓ, ਧੋ ਕੇ ਸੁਕਾ ਕੇ ਨੇ ਆਪਣੇ ਆਪ ਕੱਢਦੇ ਨੇ, ਆਪਣੇ ਆਪ ਕੱਢਦੇ ਨੇ, ਹਾਂਜੀ ਹਾਂਜੀ ਹਾਂਜੀ, ਠੀਕ ਹੈ। ਵੀ ਜਾਣੀ ਐਂ ਨਹੀਂ ਹੈਗਾ ਵੀ ਵਾਰੀ ਵਾਰੀ ਜਨਾਨੀਆਂ ਜਿਵੇਂ ਆਪਣੇ ਹੁੰਦਾ ਬਾਈ ਰੋਟੀਆਂ ਪਕਾਉਂਦੀਆਂ ਜਾ ਕੇ ਦੇਖ ਕੇ, ਇਕੱਲੇ ਕੱਪੜੇ ਧੋਤੇ ਜਾਂਦੇ ਨੇ, ਰੋਟੀਆਂ ਨਹੀਂ ਪੱਕਦੀਆਂ, ਸਹੀ ਗੱਲ ਹੈ। ਇਹਦੇ 'ਚ ਤੁਸੀਂ ਕੀ ਕਹਿਣਾ, ਮਤਲਬ ਕੱਪੜੇ ਮੈਲੇ ਪਾ ਦੇਣੇ, ਇਹਨੇ ਧੋ ਕੇ ਤੁਹਾਨੂੰ ਦੇ ਦੇਣੇ ਆ, ਦੇ ਦੇਣੇ ਆ। ਜਿਵੇਂ ਕਈ ਵਾਰ ਕੀ ਹੁੰਦਾ ਬਾਈ ਬਾਹਰੇ ਕਿਤੇ ਘੁੰਮਣ ਜਾਂਦੇ ਹੈਗੇ, ਹੈ ਨਾ, ਤਾਂ ਆ ਜਾਓ ਜੀ ਇੱਧਰ ਦੇ। ਅਤੇ ਆਹ ਕੀ ਚੀਜ਼ ਆ ਗਈ ਬਾਈ? ਇਹ ਆਪਣਾ ਓਵਨ ਆ ਗਿਆ, ਇਹ ਓਵਨ ਆ ਗਏ ਜੀ, ਮਾਈਕਰੋਵੇਵ, ਮਾਈਕਰੋਵੇਵ, ਠੀਕ ਹੈ। ਅਤੇ ਇਹਦੇ ਵਿੱਚ ਅਲੱਗ ਅਲੱਗ ਕੀ ਸਿਸਟਮ ਆ ਬਾਈ, ਇਹਦੇ ਬਾਰੇ ਵੀ ਦਿਓ ਤਾਂ ਜਾਣਕਾਰੀ ਸਾਰੀ ਸਾਡੇ ਵੀਰਾਂ ਨੂੰ। 10 ਮਿੰਟ, ਇਹ ਆ ਗਿਆ ਆਪਣਾ ਗ੍ਰਿਲ ਮਾਡਲ ਜੀ। ਅੱਛਾ ਜੀ, ਹਾਂਜੀ, ਗ੍ਰਿਲ ਮਾਡਲ ਮਤਲਬ ਇਹਦੇ 'ਚ ਆਪਾਂ ਕੁਛ ਵੀ ਕੁਕਿੰਗ ਕਰ ਸਕਦੇ ਹਾਂ, ਫਰਾਈ ਕਰ ਸਕਦੇ ਹਾਂ, ਠੀਕ ਹੈ। ਮੰਨ ਲਓ ਪਨੀਰ ਟਿੱਕਾ ਹੋ ਗਿਆ, ਕੁਛ ਵੀ ਚਿਕਨ ਫਰਾਈ ਹੋ ਗਿਆ, ਇਹ 'ਚ ਫਰਾਈ ਹੋ ਜਾਂਦਾ, ਇਹਦੇ ਵਿੱਚ ਗ੍ਰਿਲ ਹੈ, ਠੀਕ ਹੈ, ਗ੍ਰਿਲ ਦੇ ਵਿੱਚ ਆਉਂਦੀ ਹੈ, ਠੀਕ ਹੈ, ਆਹ ਚੀਜ਼, ਹਾਂ ਇਹ ਗ੍ਰਿਲ ਵਿੱਚ ਆਉਣੀ ਆ, ਠੀਕ ਹੈ ਬਾਈ। ਇਸ ਤੋਂ ਬਾਅਦ ਸੋਲੋ ਮਾਡਲ ਆ ਜਾਂਦੇ ਨੀਚੇ ਪਏ ਨੇ, ਠੀਕ ਹੈ, ਇਹ ਸੋਲੋ ਮਾਡਲ ਨੇ, ਇਹ 'ਚ ਕੱਲਾ ਆਪਾਂ ਗਰਮ ਕਰ ਸਕਦੇ ਹਾਂ, ਠੀਕ ਹੈ ਜੀ, ਹਾਂਜੀ। ਇਹ ਬਾਈ ਜੀ OTG ਆ ਜਾਂਦਾ, ਜਿਵੇਂ ਅੱਜ ਕੱਲ੍ਹ ਡਾਕਟਰ ਕਹਿੰਦੇ ਨੇ ਵੀ ਮਾਈਕਰੋ ਰੇਜ ਤੁਹਾਡੇ ਸਰੀਰ ਲਈ ਹਾਨੀਕਾਰਕ ਨੇ, ਇਹਦੇ ਵਿੱਚ ਕੋਈ ਮਾਈਕਰੋ ਰੇਜ ਨਹੀਂ, ਇਹ ਗੱਲੇ ਗਰਮ ਹਵਾ 'ਤੇ ਕੰਮ ਕਰਦੇ ਨੇ। ਜਿਹੜੇ ਭੈਣ ਵੀਰ ਆਪਣੇ ਪਨੀਰ ਟਿੱਕਾ, ਫਿਸ਼ ਟਿੱਕਾ, ਕੋਈ ਵੀ ਨੋਨ ਵੈੱਜ ਪਸੰਦ ਕਰਦੇ ਨੇ, ਵੈੱਜ ਪਸੰਦ ਕਰਦੇ ਨੇ, ਇਹਦੇ 'ਚ ਬਿਸਕੁਟ ਤੱਕ ਵੀ ਬਣ ਜਾਂਦੇ ਨੇ ਬਿਨਾਂ ਮਾਈਕਰੋਵੇਜ ਰੇਜ ਤੋਂ ਬਿਨਾਂ, ਔਰ ਕੰਪਨੀ ਗੈਲਨ ਹੈ, 2 ਸਾਲ ਦੀ ਗਰੰਟੀ ਹੈ, ਵਿੱਧ ਬਿੱਲ ਹੈ, ਠੀਕ ਹੈ, ਹਾਂਜੀ। ਵੀ ਇਹਨੇ ਇਕੱਲਾ ਹੀਟ ਨਾਲ ਆਪਾਂ ਕਹਿ ਦਈਏ ਹਵਾ ਕੰਮ ਕਰਨਾ, ਹਵਾ ਦੀ ਹੀਟ ਨਾਲ, ਹਵਾ ਦੀ ਹੀਟ ਨਾਲ ਕੰਮ ਕਰਨਾ, ਜਿਵੇਂ ਡਰਾਇਰ ਕੰਮ ਕਰਦਾ ਉਵੇਂ ਕੰਮ ਕਰਦਾ, ਇਹਦੇ 'ਚ ਕੋਈ ਮਾਈਕਰੋ ਰੇਜ ਕੋਈ ਨਹੀਂ ਹੈਗੀਆਂ। ਅੱਜ ਕੱਲ੍ਹ ਆਪਣੇ ਜਿਵੇਂ ਬਿਮਾਰੀਆਂ ਵਧੀ ਜਾਂਦੀਆਂ ਨੇ, ਉੱਦਾਂ ਇਹ ਬਿਮਾਰੀ ਤੋਂ ਰਹਿਤ ਹੈ, ਉੱਦਾਂ ਇਹ ਬਿਮਾਰੀ ਤੋਂ ਰਹਿਤ ਆ, ਹੈ, ਇਹ ਨਵੇਂ ਤਰੀਕੇ ਦੀ ਆ, ਇਹਨਾਂ ਤੇ ਵੀ ਸਾਰੇ ਬਾਈ ਕਿਸ਼ਤਾਂ ਵਗੈਰਾ, ਇਹਦੇ ਤੇ ਵੀ ਕਿਸ਼ਤਾਂ ਬਣ ਜਾਣਗੀਆਂ, ਠੀਕ ਹੈ।
ਏਟੀਐਮ ਰਾਹੀਂ ਬਣ ਜਾਣਗੀਆਂ ਆਪਣੇ ਬਜਾਜ ਕਾਰਡ ਜੋ ਵੀ ਉਹਦਾ ਸਿਸਟਮ ਹੋਇਆ ਹੋਵੇ ਉਹ ਵੀ ਬਣ ਜਾਣੀ ਹੋ ਜਾਊਗਾ ਹਾਂਜੀ ਠੀਕ ਆ ਬਾਈ ਠੀਕ ਆ ਤੇ ਆ ਬਾਈ ਆਪਣਾ ਆ ਗਿਆ ਜਿਹੜਾ ਗੈਸ ਤੋਂ ਬਿਨਾਂ ਚੱਲਣ ਵਾਲਾ ਬਿਜਲੀ ਇੰਡਕਸ਼ਨ ਚੁੱਲ੍ਹਾ ਆ ਗਿਆ ਜਿਵੇਂ ਅੱਜ ਕੱਲ 600 ਯੂਨਿਟ ਫ੍ਰੀ ਹੈ ਘਰਾਂ 'ਚ ਤਾਂ ਅੱਜ ਕੱਲ ਆਪਣੇ ਏਸੀ ਵੀ ਬੰਦ ਪਏ ਨੇ ਟਿਊਬਾਂ ਪੱਖੇ ਵੀ ਬੰਦ ਪਏ ਨੇ ਤਾਂ ਇੰਡਕਸ਼ਨ ਚੁੱਲ੍ਹਾ ਲਿਜਾ ਸਕਦਾ 600 ਯੂਨਿਟ ਦਾ ਫਾਇਦਾ ਲੈ ਸਕਦਾ ਜਿਹੜਾ ਬਿਜਲੀ ਠੀਕ ਹੈ ਬਿਲਕੁਲ ਤੇ ਨਾ ਕੋਈ ਪ੍ਰਦੂਸ਼ਣ ਹੋਵੇ ਨਾ ਪ੍ਰਦੂਸ਼ਣ ਹੋਵੇ ਨਾ ਕੋਈ ਖੜਕਾ ਹੋਵੇ ਹਾਂ ਤੇ ਇਹਦੇ ਤਵਾ ਵਗੈਰਾ ਰੱਖਣ ਵਾਸਤੇ ਉਹੀ ਤਵਾ ਵਰਤੋਂ 'ਚ ਲਿਆਂਦਾ ਜਾਂਦਾ ਜਾਂ ਕੋਈ ਹੋਰ ਤਵਾ ਇਹਦੇ ਸਪੈਸ਼ਲ ਬਰਤਨ ਹੁੰਦੇ ਨੇ ਕਿ ਠੀਕ ਹੈ ਉਹ ਇੱਕ ਪਤੀਲਾ ਹੁੰਦਾ ਸਪੈਸ਼ਲ ਉਸੇ ਵਿੱਚ ਹੀ ਸਾਰੇ ਸਬਜ਼ੀ ਕੋਈ ਵੀ ਚੀਜ਼ ਗਰਮ ਕਰਨੀ ਹੈ ਬਾਲਣੀ ਹੈ ਦੁੱਧ ਬਾਲਣਾ ਉਹਦੇ 'ਚ ਕੰਮ ਹੋ ਜਾਊਗਾ ਇੱਕੋ ਹੀ ਤਵੇ ਨਾਲ ਸਾਰੇ ਕੰਮ ਹੋ ਜਾਣਗੇ ਕੋਈ ਬ੍ਰੈਡ ਖਾਣਾ ਕੋਈ ਰੋਟੀ ਬਣਾਉਣੀ ਹੈ ਬਣ ਸਕਦੀ ਵੀ ਯਾਨੀ 2 ਕੁ ਭਾਂਡੇ ਆਪਾਂ ਕਹਿ ਲਓ ਵੀ ਲੈਣੇ ਪੈਣਗੇ ਠੀਕ ਹੈ ਵੀ ਯਾਨੀ ਆਪਾਂ ਲਾ ਲਓ ਵੀ ਬਿਜਲੀ ਸਰਕਾਰ ਵੱਲੋਂ 600 ਯੂਨਿਟ ਫ੍ਰੀ ਹੈ ਅਤੇ ਉਹਦੇ ਆਪਾਂ ਇਹਦਾ ਫਾਇਦਾ ਲੈ ਸਕਦੇ ਹਾਂਗੇ ਹੈ ਨਾ ਠੀਕ ਆ ਅਤੇ ਆਹ ਬਾਈ ਜੀ ਪ੍ਰੈਸਾਂ ਵਗੈਰਾ ਆ ਗਈਆਂ ਹਨਾ ਕੰਪਨੀ ਆਹ ਕੀ ਚੀਜ਼ ਆ ਗਈ ਬਾਈ ਇਹ ਐਗ ਬੋਇਲਰ ਆ ਗਿਆ ਜੀ ਅੱਛਾ ਇਹਦੇ 'ਚ 3 ਮਿੰਟ 'ਚ ਆਪਣੇ 7 ਅੰਡੇ ਬਾਲੇ ਜਾਣਗੇ 3 ਮਿੰਟ 3 ਮਿੰਟਾਂ 'ਚ ਔਰ ਇਹ ਵੀ ਬਿਜਲੀ 'ਤੇ ਚੱਲਦਾ ਬਿਜਲੀ ਦਾ ਫਾਇਦਾ ਲੈ ਸਕਦੇ ਹਾਂ ਠੀਕ ਸਹੀ ਗੱਲ ਆ ਹਾਂਜੀ ਅਤੇ ਆਹ ਪ੍ਰੈਸ ਆ ਗਈ ਕਿਹੜੀ ਕੰਪਨੀ ਦੀ ਹੈਵਲ ਦੀ ਇਹਨਾਂ ਕੋਲ ਟੋਟਲੀ ਹੈਵਲ ਦਾ ਸਮਾਨ ਲਾ ਦਿਓ ਠੀਕ ਹੈ ਠੀਕ ਹੈ ਠੀਕ ਹੈ ਜੀ ਬਿਲਕੁਲ ਜੀ ਅਤੇ ਆਹ ਕੀ ਚੀਜ਼ ਆ ਗਿਆ ਜੀ ਇਹ ਸੈਂਡਵਿਚ ਵਾਲਾ ਆ ਗਿਆ ਜੀ ਕੋਈ ਵੀ ਆਪਾਂ ਬ੍ਰੈਡ ਸੈਂਡਵਿਚ ਕਰਨੀ ਹੈ ਠੀਕ ਹੈ ਜੀ ਅੱਜ ਕੱਲ੍ਹ ਤਲੇ ਫਲੇ ਤੋਂ ਆਪਾਂ ਫਰਾਈ ਚੀਜ਼ ਤੋਂ ਪਰਹੇਜ਼ ਕਰਦੇ ਹਾਂ ਬਿਲਕੁਲ ਜੀ ਇਹ ਬ੍ਰੈਡ ਆਪਾਂ ਸੈਂਡਵਿਚ ਬਣਾ ਕੇ ਖਾ ਸਕਦੇ ਬਿਲਕੁਲ ਜੀ ਅਤੇ ਬਾਕੀ ਪੱਖੇ ਵਗੈਰਾ ਬਾਈ ਹੈ ਨਾ ਇੱਕ ਜਾਣੀ ਆਪਾਂ ਗੱਲ ਕਰੀਏ ਬਾਈ ਵੀਡੀਓ ਆਪਾਂ ਜ਼ਿਆਦਾ ਲੰਬੀ ਹੋ ਜੂਗੀ ਨਹੀਂ ਫਿਰ ਵੀ ਇਲੈਕਟ੍ਰੀਸ਼ਨ ਨਾਲ ਸੰਬੰਧਿਤ ਕੁੱਲ ਜੋ ਵੀ ਤੁਹਾਨੂੰ ਸਮਾਨ ਚਾਹੀਦਾ ਆਪਣੇ ਘਰਾਂ ਦੇ ਵਿੱਚ ਜ਼ਰੂਰਤ ਆ ਸਰਦੀਆਂ ਦੇ ਲਈ ਜਾਂ ਗਰਮੀਆਂ ਦੇ ਲਈ ਤਾਂ ਤੁਹਾਨੂੰ ਬਾਈ ਹੋਰਾਂ ਦੀ ਸ਼ੋਪ ਤੋਂ ਇੱਥੋਂ ਮਿਲੂਗਾ ਵੀ ਕੁੱਲ ਨਹੀਂ ਆਪਾਂ ਕਹੀਏ ਵੀ ਜਿਵੇਂ ਇਹਨਾਂ ਦੇ ਦਾਦਾ ਜੀ ਹੋਰੀ ਫਰੀਡਮ ਫਾਈਟਰ ਰਹੇ ਹੋਏ ਨੇ ਬਾਈ ਜਿਵੇਂ ਉਹਨਾਂ 'ਚ ਕੁਆਲਿਟੀ ਦੀ ਗਈ ਉਹੀ ਜਿਹੀ ਕੁਆਲਿਟੀ ਤੁਸੀਂ ਆਪਦੀ ਦੁਕਾਨ 'ਤੇ ਰੱਖੀ ਉਹਨਾਂ ਨੇ ਸਾਨੂੰ ਗੁਰਮੰਤਰ ਦਿੱਤਾ ਹੋਇਆ ਜੀ ਵੀ ਘੱਟ ਖਾ ਲਓ ਪਰ ਕਿਸੇ ਨਾਲ ਗਲਤ ਕੰਮ ਨਾ ਕਰੋ ਸਹੀ ਕੁਆਲਿਟੀ ਦਿਓ ਸਹੀ ਰੇਟ ਦਿਓ ਵਿਦ ਬਿੱਲ ਦਿਓ ਸਮਾਨ ਬਿਲਕੁਲ ਹਾਂਜੀ ਵੀ ਤਾਂ ਕਿ ਕਿਸੇ ਭੈਣ ਭਾਈ ਨੂੰ ਦਿੱਕਤ ਨਾ ਬਿਲਕੁਲ ਵੀ ਇਹ ਨਹੀਂ ਹੈਗਾ ਵੀ ਅੱਜ ਆਪਾਂ ਕਰੀ ਜਾਈਏ ਵੀ ਇੰਨੇ ਦਾ ਕੂਲਰ ਚੱਕ ਲਿਓ 5000 'ਚ ਕੱਟ ਲਿਆ ਰੱਦੀ ਆਹ ਲਿਆ ਉਹ 5000 'ਚ ਕੱਟ ਲਿਆ ਵੀ ਕੱਲ੍ਹ ਨੂੰ ਲੋਕ ਬਾਈ 6 ਮਹੀਨੇ ਨੂੰ ਸਾਲ ਨੂੰ ਦੇਖੀ ਗਾਲਾਂ ਪੈਂਦੀਆਂ ਹਨਾ ਫਿਰ ਉੱਥੇ ਅਗਲਾ ਕਹੂ ਯਾਰ ਇਹੋ ਜਿਹੇ ਦੇ ਫਰੀਡਮ ਫਾਈਟਰ ਇਹੋ ਜਿਹੇ ਦੇ ਪੋਤੇ ਉਹਨਾਂ ਦੇ ਇਹ ਕਹਿੰਦੇ ਵੀ ਅਸੀਂ ਨਾ ਨਹੀਂ ਖਰਾਬ ਕਰਨਾ ਘੱਟ ਖਾ ਲਾਂਗੇ ਕੋਈ ਗੱਲ ਨਹੀਂ ਉਹ ਬੰਦੇ ਹੋਰ ਹੀ ਨੇ ਜਿਹਨਾਂ ਨੂੰ ਬਾਅਦ 'ਚ ਅਗਲਾ ਕਹੂਗਾ ਵੀ ਯਾਰ ਆਹ ਕੀ ਚੀਜ਼ਾਂ ਮਿਲ ਗਈਆਂ ਹਨਾ ਉਹ ਬਾਈ ਤੁਹਾਡੇ ਹਿਸਾਬ ਨਾਲ ਵੀ ਉਹ ਸਹੀ ਹੋ ਰਿਹਾ ਗਾਹਕਾਂ ਨਾਲ ਜਾਂ ਨਹੀਂ ਉਹ ਗਲਤ ਹੋ ਰਿਹਾ ਜੀ ਉਹ ਉਹਨਾਂ ਦੀ ਐਂ ਮੰਨੋ ਵੀ ਜਿਹੜੀ ਉਹਨਾਂ ਦੀ 5000 ਦੀ ਮਸ਼ੀਨ ਉਹ ਪੁਰਾਣੀ ਦਾ ਕੱਟੀ ਵੀ ਗਈ ਜਿਹੜੀ ਨਵੀਂ ਮਸ਼ੀਨ ਉਹ ਲੈ ਕੇ ਜਾਣਗੇ ਉਹਨਾਂ ਦੀ 1000 ਦੀ ਵੀ ਨਹੀਂ ਕੱਟੀ ਜਾਣੀ ਉਹ ਅੱਛਾ 1000 ਦੀ ਵੀ ਨਹੀਂ ਕੱਟੀ ਜਾਣੀ ਉਹ ਸਾਰੇ ਡੁਪਲੀਕੇਟ ਦੇਸੀ ਦੇਸੀ ਮਾਲ ਹੈ ਜੀ ਉਸ ਜਸਟ ਪੈਸੇ ਵਾਸਤੇ ਕੰਮ ਹੋ ਰਿਹਾ ਲੋਕਾਂ ਨਾਲ ਖਿਲਵਾੜ ਹੋ ਉਹਦੇ ਵਿੱਚ ਮੈਂ ਇੱਕ ਗੱਲ ਦੇਖੀ ਵੀ ਫਸਦਾ ਵੀ ਆਪਣੇ ਪਿੰਡਾਂ ਵਾਲਾ ਗਾਹਕ ਹੈ ਭੋਲਾ ਗਾਹਕ ਹੈ ਜ਼ਿਮੀਦਾਰ ਗਾਹਕ ਹੈ ਇਹ ਚੀਜ਼ ਬਾਰੇ ਪਤਾ ਨਹੀਂ ਪੜਿਆ ਲਿਖਿਆ ਬੰਦਾ ਨਹੀਂ ਉੱਥੇ ਫਸਦਾ ਹੈਗਾ ਬਿਲਕੁਲ ਤੇ ਮੇਰੇ ਕੋਲੇ ਵੀ ਬਹੁਤ ਇਹੋ ਜਿਹੇ ਫੋਨ ਆਏ ਸੀਗੇ ਬਾਈ ਅਸੀਂ ਆਹ ਚੀਜ਼ ਉਹ ਕਰਦੇ ਹਾਂ ਵੀ ਸਾਡੀ ਇਹਦੀ ਵੀਡੀਓ ਕਰ ਦਿਓ ਮਹਾਂ ਵੀ ਨਹੀਂ ਯਾਰ ਮਹਾਂ ਵੀ ਆਪਣੀ ਵੀਡੀਓ ਦੇਖ ਕੇ ਆਪਣੇ ਨਾਲ ਲੋਕ ਕਿਹੜੇ ਜੁੜੇ ਪਏ ਨੇ ਬਾਈ ਪਿੰਡਾਂ ਵਾਲੇ ਪੇਂਡੂ ਲੋਕ ਜੁੜੇ ਵੇ ਆ ਆਪਾਂ ਕਦੇ ਵੀ ਆਪਦੇ ਭੈਣਾਂ ਭਾਈਆਂ ਨਾਲ ਠੱਗੀ ਨਹੀਂ ਮਰਵਾ ਸਕਦੇ ਹੈਗੇ ਜਿਹੜੀ ਚੀਜ਼ ਬਾਰੇ ਮੈਨੂੰ ਆਪ ਨੂੰ ਪਤਾ ਲੱਗ ਗਿਆ ਵੀ ਇਹ ਚੀਜ਼ ਗਲਤ ਕੰਮ ਹੋ ਰਿਹਾ ਤਾਂ ਮੇਰੀ ਕਦੇ ਜ਼ਮੀਰ ਨਹੀਂ ਇਜਾਜ਼ਤ ਦਿੰਦੀ ਵੀ ਆਪਾਂ 4 ਰੁਪਏ ਲੈ ਕੇ ਉੱਥੇ ਵੀਡੀਓ ਪਾ ਆਈਏ ਅਤੇ ਆਪਣੇ ਪੇਂਡੂ ਬੰਦਿਆਂ ਨਾਲ ਬਾਈ ਉਸ ਤਰ੍ਹਾਂ ਦੀ ਠੱਗੀ ਵੱਜ ਜੇ ਅਤੇ ਕਰਨ ਬਾਈ ਤੁਹਾਡੇ ਮੋਬਾਈਲ ਨੰਬਰ ਕੀ ਨੇ ਜਿਹੜੇ ਵੀਰ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆਪਣਾ ਮੋਬਾਈਲ ਨੰਬਰ ਹੈਗਾ ਜੀ 7355 1111 10 ਦੂਜਾ ਨੰਬਰ ਹੈਗਾ 9496356056 ਇਹ ਆਪਣੇ ਦੋਨੇ ਮੋਬਾਈਲ ਨੰਬਰ ਨੇ ਦੁਬਾਰਾ ਫੇਰ ਬੋਲ ਦੇਣਾ ਵੀਰੇ 7355 1111 10 ਨੇੜੇ ITI ਚੌਂਕ ਬਰਨਾਲਾ ਜਦੋਂ ਮਰਜ਼ੀ ਫੋਨ ਕਰੋ ਵੀਰੇ ਹਾਜ਼ਰ ਹੈ ਕਿਸੇ ਵੀ ਕੰਮ ਲਈ ਫੋਨ ਕਰੋ ਅਸੀਂ ਹਾਜ਼ਰ ਹਾਂ ਬਿਲਕੁਲ ਜੀ ਭਰਾਵੋ ਇਲੈਕਟ੍ਰੀਸ਼ੀਅਨ ਦਾ ਸਮਾਨ ਤਾਂ ਇਹ ਮਿਲਦਾ ਹੀ ਮਿਲਦਾ ਦੁਬਾਰੇ ਆ ਜਾਓ ਦਿਖਾ ਦਈਏ ਇਧਰਲੇ ਪਾਸੇ ਤੁਹਾਨੂੰ ਇਹਨਾਂ ਕੋਲ ਕਰਨ ਆ ਜਾਓ ਬਾਈ ਜੀ ਇਹਨਾਂ ਕੋਲ ਬਾਈ ਜੀ ਨਾਲ
TVS ਕੰਪਨੀ ਦਾ ਸ਼ੋਰੂਮ ਵੀ ਆ ਜਿੱਥੋਂ ਤੁਹਾਨੂੰ TVS ਦੀਆਂ ਜਿਹੜੀਆਂ ਸਕੂਟਰ ਸਕੂਟਰੀਆਂ ਵਗੈਰਾ ਹੀ ਮਿਲਣਗੀਆਂ ਅਤੇ ਸਰਵਿਸ ਵੀ ਹੁੰਦੀ ਹੈਗੀ ਇੱਥੇ ਅਤੇ ਸਾਰਾ ਕੁਛ ਬਾਈ ਜੀ ਉਹ ਹੁੰਦਾ TVS ਕੰਪਨੀ ਦਾ ਤੁਸੀਂ ਦੇਖ ਸਕਦੇ ਹੋਗੇ ਅਤੇ ਇੱਥੇ ਤੁਹਾਨੂੰ ਮਿਲੂਗਾ ਬਾਈ ਹੋਰਿਆਂ ਕੋਲ ਆਓ ਤੁਸੀਂ ਨਹੀਂ ਵੀ ਕੋਈ ਚੀਜ਼ ਲੈਣੀ ਵੈਸੇ ਵੀ ਚਾਹੇ ਇਹਨਾਂ ਕੋਲੋਂ ਕਿਸੇ ਵੀ ਚੀਜ਼ ਦਾ ਜਿਹੜਾ ਸੁਝਾਅ ਹੈਗਾ ਉਹ ਲੈਣ ਆ ਜਾਓ ਤੁਹਾਨੂੰ ਸੁਝਾਅ ਵੀ ਚੰਗਾ ਦਿੱਤਾ ਜਾਊਗਾ।